ਸਿਵਲੀ ਪ੍ਰਧਾਨ ਮਾਛੜਾ ਸਾਹਿਬ ਸੋਸ਼ਲ ਵੈਲਫੇਅਰ ਸੋਸਾਇਟੀ। ਅੱਜ ਸਭ ਤੋਂ ਪਹਿਲਾਂ ਤਾਂ ਮੈਂ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦੇ ਰਿਹਾ। ਦੂਜੇ ਪਾਸੇ ਅੱਜ ਮਾਛੀਵਾੜਾ ਬਲਾਕ ਦੇ ਪਿੰਡ ਮਣ ਚੜੌਦੀ ਜਿੱਥੇ 15 ਕੁ ਦਿਨ ਪਹਿਲਾਂ ਪ੍ਰਵਾਸੀ ਮਜ਼ਦੂਰਾਂ ਦੀਆਂ ਕੁੱਲੀਆਂ ਸੜ ਕੇ ਸਵਾਹ ਹੋ ਗਈਆਂ ਸਨ, ਉਹਨਾਂ ਦਾ ਸਾਰਾ ਸਮਾਨ ਸੜ ਗਿਆ। ਪ੍ਰਸ਼ਾਸਨ ਨੂੰ ਬਹੁਤ ਬੇਨਤੀਆਂ ਕੀਤੀਆਂ, ਪ੍ਰਸ਼ਾਸਨ ਨੇ ਕੋਈ ਬਿਲਕੁਲ ਉਹਨਾਂ ਦੀ ਹੈਲਪ ਨਹੀਂ ਕੀਤੀ, ਨਾ ਕੋਈ ਦੇਖਣ ਆਇਆ। ਉਹ ਤੋਂ ਬਾਅਦ NRE ਭਰਾ ਨੇ ਸਾਹ ਕੁਲਦੀਪ ਸਿੰਘ, ਰਾਜਵਿੰਦਰ ਸਿੰਘ ਜੀ, ਬੀਬੀ ਗੁਰਮੀਤ ਕੌਰ ਤੇ ਬੀਬੀ ਰਾਣੀ, ਇਹਨਾਂ ਨੂੰ ਜਦੋਂ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਵੀ ਸਾਡੇ ਪਿੰਡ ਦੇ ਵਿੱਚ ਨੁਕਸਾਨ ਹੋਇਆ ਤਾਂ ਉਹਨਾਂ ਨੇ ਮੇਰੇ ਨਾਲ ਕੰਟੈਕਟ ਕੀਤਾ, ਆਪਣੇ ਭਰਾ ਸੁੱਚਾ ਸਿੰਘ ਨਾਲ ਕੰਟੈਕਟ ਕੀਤਾ। ਉਹਨਾਂ ਨੇ ਫਿਰ ਸਾਨੂੰ ਕਿਹਾ ਵੀ ਇਹਨਾਂ ਦੀ ਮਦਦ ਕਰੋ। ਅੱਜ ਅਸੀਂ ਇਹਨਾਂ ਨੂੰ ਘਰ ਬਣਾਉਣ ਲਈ ਬੜੀਆਂ ਤਰਪਾਲਾਂ, ਬੱਚਿਆਂ ਨੂੰ ਕੱਪੜੇ, ਸਵੈਟਰ, ਕੋਟੀਆਂ, ਜਾਕਟਾਂ, ਸਵੈਟ ਸ਼ਰਟਾਂ, ਲੇਡੀਜ਼ ਨੂੰ ਕੋਟੀਆਂ, ਟੋਪੀਆਂ, ਕੰਬਲ, ਰਾਸ਼ਨ, ਦੋ ਮਹੀਨੇ ਦਾ ਰਾਸ਼ਨ ਅਸੀਂ ਸਾਰਿਆਂ ਨੂੰ ਅੱਜ ਦੇਣ ਆ ਰਹੇ ਹਾਂ। ਇਹ ਸਭ NRE ਭਰਾਵਾਂ ਦੀ ਕੁਲਦੀਪ ਸਿੰਘ ਦੇ ਥਰੂ ਸਾਰਾ ਕੰਮ ਹੋ ਰਿਹਾ। ਹਾਂਜੀ, ਕੀ ਕਹਿਣਾ ਚਾਹੋਗੇ ਜਿਹੜਾ ਪ੍ਰਵਾਸੀ ਮਜ਼ਦੂਰਾਂ ਨੂੰ ਇਹ ਰਾਸ਼ਨ ਦਿੱਤਾ ਜਾ ਰਿਹਾ? ਸਾਡੇ ਸਤਿਕਾਰਯੋਗ ਸਰਦਾਰ ਕੁਲਦੀਪ ਸਿੰਘ ਚੌਹਾਨ ਟਰਾਂਸਪੋਰਟ USA, ਰਾਜਵਿੰਦਰ ਸਿੰਘ ਰਿੰਕੀ ਟਰਾਂਸਪੋਰਟ USA, ਬੀਬੀ ਗੁਰਮੀਤ ਕੌਰ USA, ਬੀਬੀ ਰਾਣੀ ਕੌਰ USA, ਜਿਨ੍ਹਾਂ ਦੇ ਪਰਿਵਾਰਾਂ ਵੱਲੋਂ ਭਈਆਂ ਦੀਆਂ ਜੋ ਕੁੱਲੀਆਂ ਸੜ ਗਈਆਂ ਸੀ ਉਹਨਾਂ ਵਾਸਤੇ ਰਾਸ਼ਨ ਭੇਜਿਆ। ਸਾਡੇ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਸੁੱਚਾ ਸਿੰਘ ਸਾਬਕਾ ਸਰਪੰਚ ਉਹਨਾਂ ਵੱਲੋਂ ਵੀ ਅਸੀਂ ਧੰਨਵਾਦ ਕਰਦੇ ਹਾਂ, ਅਤੇ ਸਰਦਾਰ ਕੁਲਦੀਪ ਸਿੰਘ ਖਾਸ ਕਰਕੇ USA ਜਿਨ੍ਹਾਂ ਨੇ ਸਮਾਨ ਭੇਜਿਆ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।